स्वागत है नवे ब्लॉग दे विच। ते अज असीं चले आ विआह जिहदी सानू वी उडीक सी ते इन्हां सारिआं नू वी उडीक सी पिछले काफी लंबे समय तो, क्योंकि उम्मीद तो मैनू लास्ट 6-7 महीने दा हाँ साडा वैसे श्रीलंका का टूर सीगा, तुहानूं वी पता है। ते उम्मीद मैनू पिछले एक साल तो लगभग मैसेज कर रहा सी कि पंजाब का कोई विआह देखना वड्डा सारा, ते मौके ते इह दोनों वी आए। इन्हां दोनों तो तुसीं पहलां वी देखिआ होणा बहुत सारे ब्लॉग्स च, आपां इन्हां नूं पिंड घुमाया सीगा। अज असीं चले आ बरनाले मैरिज ते, ते देखदे आ किवें दा रहिंदा इन्हां दा एक्सपीरियंस वी नाल तुहानूं शेयर करूंगा कि इन्हां दा ईरान तो आ ते एक बेलजियम तो, मुंबई तो, असीं पंजाब तो ही आ। बाकी सारे दा एक्सपीरियंस वेडिंग दा अज किवें रहिंदा। इह जिहड़े दो प्रौणे आ ना, इह साडू साडू लगदे आ, एक ईरान तो है ते दूजा मुंबई तो है। ते देख किवें पोज बना बना कहिंदे फिर जावांगे, पहलां इत्थे पग्गां बन लईए पोज बना लईए। इक तां मुच्छां मरोड़ों नहीं हटदे। लै अलीसा गई अंदर टिक्का टुक्का लाउण, ज्वैलरी थोड़ी जी कहिंदी मैं होर पाउणी आ। ਬਾਹਰ ਨਿਕਲਣ ਲੱਗਿਆ ਜੇ ਪੈਲਸ ਦੇ ਲਈ ਸਾਰੇ ਮੈਂਬਰ ਆ ਗਏ, ਖੁਸ਼ੀ ਵੀ ਤਿਆਰ ਹੈ ਤੇ ਐਨ ਤੇ ਅਲੀਸ ਵੀ ਅੱਜ ਤਿਆਰ ਹੈ ਪੰਜਾਬੀ ਲੁੱਕ ਦੇ ਵਿੱਚ, ਐਨ ਟਿੱਕਾ ਟੁੱਕਾ ਐਨ ਲਾਇਆ ਤੇ ਹੁਣ ਆਪਾਂ ਚੱਲੇ ਹਾਂ ਵਿਆਹ ਤੇ। ਲੈ ਵੀ ਉਮੀਦ ਕੋਲੇ ਗਲਾਸਿਸ ਹੈ ਨਹੀਂ ਸੀਗੀਆਂ, ਇਹਨੂੰ ਬਾਪੂ ਨੇ ਦਿੱਤੀਆਂ ਡੈਡੀ ਵਾਲੀਆਂ, ਐਨਕਾਂ ਲਾ ਲਈਆਂ ਸਾਰੇ ਜਾਣਿਆਂ ਨੇ। ਮੇਰੇ ਕੋਲੇ ਹੁਣ ਇਕੱਲੇ ਕੋਲੇ ਰਹਿ ਗਈਆਂ, ਸਾਰੇ ਜਿੰਨੇ ਮੇਰੇ ਨਾਲ ਜਾਣਗੇ ਸਾਰਿਆਂ ਕੋਲੇ ਐਨਕਾਂ ਨੇ। ਪਹਿਲਾਂ ਆਪਾਂ ਚੱਲੇ ਹਾਂ ਬਈ ਵਿਆਹ ਵਾਲੇ ਘਰੇ, ਪਰੌਂਠੇ ਪਰੌਂਠੇ ਖਾਂਦੇ ਹਾਂ, ਫਿਰ ਬਰਾਤ ਜਾਊਗੀ, ਹਜੇ ਬਰਾਤ ਨੂੰ ਟਾਈਮ ਲੱਗੂਗਾ ਤੇ ਅਸੀਂ ਇਕੱਠੀ ਜਾਵਾਂਗੇ। ਵੈਸੇ ਅਸੀਂ ਆਪਣੀ ਕਾਰ 'ਚ ਹੀ ਜਾਣਾ, ਵੈਸੇ ਤਾਂ ਬਰਾਤੀਆਂ ਲਈ ਜਿਹੜੀਆਂ ਗੱਡੀਆਂ ਹੁੰਦੀਆਂ ਉਹ ਵੀ ਇਹਨਾਂ ਨੂੰ ਦਿਖਾਊਂਗਾ ਕਿ ਕਾਰਸ ਕਿਵੇਂ ਦੀਆਂ ਜਾਂਦੀਆਂ, ਜਿਹੜੀਆਂ ਬਰਾਤ ਗੱਡੀਆਂ ਲੈ ਕੇ ਜਾਂਦੀਆਂ ਪਿੰਡ ਵਾਲੇ ਬੰਦਿਆਂ ਨੂੰ। ਲੈ ਵੀ ਆਪਾਂ ਪਹੁੰਚ ਗਏ ਹਾਂ ਘਰੇ ਤੇ ਹੁਣ ਇੱਥੇ ਪਰੌਂਠੇ ਖਾਣੇ, ਪਰੌਂਠੇ ਖਾਣੀ ਆਏ ਹਾਂ ਸਪੈਸ਼ਲ ਪੰਜਾਬੀ ਮੈਡਿੰਗ ਮੈਂ, ਤੇ ਬਾਕੀ ਇਹਨਾਂ ਨੂੰ ਅਸਲ 'ਚ ਰਸਮਾਂ ਦਿਖਾਉਣੀ ਅਸੀਂ। ਮੈਂ ਆਪਾਂ ਇਕੱਲਾ ਪੈਲਸ ਵਾਲਾ ਪ੍ਰੋਗਰਾਮ ਹੀ ਦਿਖਾਉਣਾ ਵੀ ਸਿਹਰਾਬੰਦੀ ਕਿਵੇਂ ਹੁੰਦੀ ਹੈ ਜਾਂ ਕਿਵੇਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਾਂਦਾ ਤੇ ਫਿਰ ਕਿਵੇਂ ਅੱਗੇ ਜਾਂਦੇ, ਉਹ ਸਾਰਾ ਕੁਛ ਦਿਖਾਉਣਾ ਹੈਗਾ। ਰਾਤ ਇੱਥੇ ਨੱਚੇ ਟੱਪੇ ਸੀਗੇ। ਲੈ ਪਹਿਲਾਂ ਵਿਆਹ ਵਾਲੇ ਮੁੰਡੇ ਨੂੰ ਮਿਲੀ ਅੱਜ ਸਵੇਰੇ ਸਵੇਰੇ, ਵਧਾਈਆਂ ਭਾਈ ਤੈਨੂੰ, ਇੱਥੇ ਹੀ ਵਧਾਈਆਂ ਸੇ, ਕੰਗ੍ਰੈਚੁਲੇਸ਼ਨਸ, ਬਹੁਤ ਕੰਗ੍ਰੈਚੁਲੇਸ਼ਨਸ ਯਾਰ, ਆਪਕੋ ਬਹੁਤ ਵਧਾਈ ਹੋ। ਜੇਠੂ ਕੇ ਵਾਲੇ ਪ੍ਰਾਹੁਣੇ ਦੀ ਵਧਾਈ ਸਾਂ ਪਹਿਲਾਂ। ਇਹ ਹੈ ਬਈ ਫਿਰ ਦਾਦਾ ਗਗਨਦੀਪ ਸਿੰਘ, ਆਪਣਾ ਚਾਚੇ ਤਾਏ ਦੇ ਮੁੰਡੇ ਆ, ਮੁੰਡੇ ਚੋਂ ਨਹੀਂ ਮੁੰਡਾ ਹੀ ਹੈ ਚਾਚੇ ਤਾਏ ਦਾ, ਤੇ ਮੁਬਾਰਕਾਂ ਬਈ ਅੱਜ, ਤੇ ਤੂੰ ਵੀ ਥੱਲੇ ਲੱਗਣ ਜਾ ਰਿਹਾ ਹੁਣ ਮੇਰੇ। ਨਹੀਂ ਨਹੀਂ ਮੈਂ ਵੈਸੇ ਕਹਿਣਾ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ। ਵਿਆਹ ਚ ਸਭ ਤੋਂ ਪਹਿਲਾ ਕੰਮ ਹੁੰਦਾ ਪਰੌਂਠਿਆਂ ਨੂੰ ਦੇੜਨ ਵਾਲਾ, ਉਹ ਸ਼ੁਰੂ ਹੋ ਗਿਆ ਤੇ ਚੱਲ ਪਿਆ ਕੰਮ। ਵੈਸੇ ਤਾਂ ਆਪਾਂ ਖੁਸ਼ੀ ਉੱਥੇ ਬਹੁਤ ਕੁਛ ਖਾ ਲੈਣਾ ਸੀ, ਪਰ ਇੱਥੋਂ ਘਰੋਂ ਵੀ ਰੱਜ ਕੇ ਜਾਵੇ। ਜਿਹੜੀ ਇਹ ਗੱਡੀ ਚ ਸਮਾਨ ਲੱਦਿਆ ਜਾ ਰਿਹਾ ਹੈ ਨਾ, ਆਉਂਦੇ ਹੋਏ ਇਹਨਾਂ ਨੂੰ ਲੱਦ ਕੇ ਲਿਆਉਣਾ ਪਊਗਾ ਇਸੇ ਗੱਡੀ ਚ, ਕਿ ਹੁਣ ਝਲਕੋ ਹੋ ਜਾ ਰਿਹਾ ਬਾਅਦ ਚੋਂ ਇਹ ਆਉਣਗੇ। ਦੋ ਪ੍ਰਾਹੁਣੇ ਨੇ ਘਰ 'ਚ, ਇੱਕ ਦੇ ਜੇਠੂ ਕਿਆਂ ਤੋਂ ਆ, ਆਹ ਦੂਜਾ ਗੁਲਾਬੀ ਪਕੜਾ ਝੰਡੂ ਕਿਆਂ ਤੋਂ, ਇੰਟਰਨੈਸ਼ਨਲ ਪ੍ਰਾਹੁਣੇ। ਇਹ ਕਹਿੰਦੇ ਬਈ ਉਹ ਦੇਖੂਗਾ ਕਿਵੇਂ ਜੇ ਉਹਦੇ ਮੂੰਹ ਤੇ ਐਂ ਕਰਤਾ। ਹਾਓ ਕੈਨ ਸੀ, ਹਾਓ ਕੈਨ ਸੀ ਦੀ ਬ੍ਰਾਈਟ। ਇਹ ਕਹਿੰਦੇ ਵੀ ਬਹੂ ਪ੍ਰਾਹੁਣੇ ਨੂੰ ਕਿਵੇਂ ਦੇਖੋ, ਉੱਥੇ ਜਾ ਕੇ ਲਾਉਣੇ ਆ। ਮੈਂ ਕਿਹਾ ਸਾਰਾ ਇਹਨਾਂ ਨੂੰ ਹੁਣ ਸਮਝਾ ਰਹੇ ਹਾਂ ਹੌਲੀ ਹੌਲੀ ਕੀ ਚੱਲ ਰਿਹਾ, ਇਹਨੂੰ ਸਿਹਰਾਬੰਦੀ ਦਿਖਾ ਰਹੇ ਹਾਂ 1.25 ਲੱਖ। ਪੰਜਾਬੀ 'ਚ ਜਵਾਬ ਦਿੱਤਾ ਜਮਾ 1.25 ਲੱਖ, ਕਹਿੰਦਾ ਮੈਂ ਤਾਂ ਜਮਾ ਕਰਾਂ ਚਾਚੇ ਤਾਏ ਦੀਆਂ ਕੁੜੀਆਂ ਹੈਗੀਆਂ ਜਿਹੜੀਆਂ ਸਿਹਰਾਬੰਦੀ ਕਰ ਰਹੀਆਂ। ਲਓ ਬਈ ਸਾਰਾ ਪ੍ਰੋਗਰਾਮ ਨਿਬੜ ਗਿਆ, ਸਿਹਰਾਬੰਦੀ ਹੋ ਗਈ ਤੇ ਬਾਜੇ ਚੱਕ ਲਏ ਬਾਈ ਹੁਣਿਆਂ ਨੇ ਵੀ, ਆਪਾਂ ਚੱਲੇ ਹਾਂ ਹੁਣ ਗੁਰਦੁਆਰਾ ਸਾਹਿਬ। ਤੇ ਨਹੀਂ ਅਸੀਂ ਤਾਂ ਸਿੱਧਾ ਪੈਲਸ 'ਚ ਜਾ ਸਕਦੇ, ਬਟ ਜਿਵੇਂ ਤੁਹਾਨੂੰ ਪਹਿਲਾਂ ਸੀ ਇਹਨਾਂ ਕਰਕੇ ਨਾ ਇਹਨਾਂ ਨੂੰ ਸਾਰਾ ਦਿਖਾਉਣਾ ਸੀਗਾ ਵੀ ਕਿੱਥੇ ਕਿਵੇਂ ਕੀ ਹੁੰਦਾ, ਤੇ ਹੁਣ ਇਹਨਾਂ ਦੇ ਨਾਲ ਹੀ ਚੱਲੇ ਹਾਂ। ਸਾਡੇ ਮੁੰਡੇ ਦਾ ਨਾ ਕੱਦ ਲੰਬਾ ਹੈਗਾ 6 ਫੁੱਟ ਤੋਂ ਉੱਪਰ ਹੈ, ਤੇ ਬੰਦੇ ਲੰਬੇ ਲੰਬੇ ਚਾਹੀਦੇ ਨੇ, ਇਹਦੀ ਕਲੰਗੀ ਫਸੀ ਜਾਂਦੀ ਆ ਫੁਲਕਾਰੀ 'ਚ, ਹੁਣ ਦੇਖੋ ਅੱਗੇ ਕੀ ਬਣੂਗਾ। ਫੁਲਕਾਰੀ ਲਾ ਤੀ ਆਪਾਂ, ਕੋਈ ਚੱਕਰ ਨਹੀਂ ਜਾਵਾਂਗੇ, ਠੀਕ ਹੈ ਆਈ ਜਾਊਗਾ ਇਹ ਤਾਂ, ਇਹ ਉੱਪਰ ਸੈੱਟ ਨਹੀਂ ਆਉਂਦੀ ਸੀਗੀ ਕਲੰਗੀ। ਵੀ ਪਹੁੰਚ ਗਏ ਆਪਾਂ ਫਾਈਨਲੀ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ, ਤੇ ਇਹਨਾਂ ਨੂੰ ਦਿਖਾਉਂਦੇ ਵੀ ਇਹਦੀ ਬਰੂਮ ਕਾਰ ਹੈ ਇਹ, ਤੇ ਸਮਝਾਉਂਦੇ ਇਹਨਾਂ ਨੂੰ ਸਾਰਾ ਕੁਛ। ਤੇ ਆਹ ਗੱਡੀ ਆਹ ਆ ਗਈ ਸਭ, ਆਹ ਬਰੂਮ ਕਾਰ ਆ, ਆਹ ਦੋ ਕਾਰਾਂ ਖੜੀਆਂ। ਖੁਸ਼ੀ ਉਹਨਾਂ ਨੇ ਸਮਝਾ, ਖੁਸ਼ੀ
ਉਹ ਆਉਂਦੇ ਨੇ ਉਹਨਾਂ ਨੂੰ ਐਕਸਪਲੇਨ ਕਰ ਦੇ ਤੇ ਮੱਥਾ ਟੇਕ ਕੇ ਫਿਰ ਨਿਕਲਣ ਲੱਗੇ ਹਾਂ। ਲੈ ਵੀ ਇਹ ਹੈਰਾਨ ਹੋ ਰਹੇ ਨੇ ਥੋੜ੍ਹਾ ਜਿਹਾ ਦੇਖ ਕੇ ਵੀ ਕਾਰਾਂ ਇੰਨਾਂ ਜਿਹੀਆਂ ਨੇ ਜਿਹੜੀਆਂ ਜਿਹਨਾਂ 'ਚ ਮਤਲਬ ਬਰਾਤ ਲੈਣ ਜਾਣਾ। ਇਹਨਾਂ ਨੂੰ ਦੱਸਿਆ ਵੀ ਅਸੀਂ ਅੱਜ ਕੁੜੀ ਲੈਣ ਜਾਵਾਂਗੇ ਵੀ ਅੱਜ ਲੈਣ ਜਾ ਰਹੇ ਹਾਂ। ਪਹਿਲਾਂ ਇਹਨਾਂ ਨੂੰ ਐਂ ਸੀ ਕਿਤੇ ਹਾਂ ਵੈਡਿੰਗ ਕਾਰ ਆ, ਪਹਿਲਾਂ ਇਹਨਾਂ ਨੂੰ ਐਂ ਸੀਗਾ ਕਿਤੇ ਵੀ ਇੱਥੇ ਜਾਂ ਉਹਨਾਂ ਨੇ ਘਰ ਆਉਣਾ ਹੁੰਦਾ ਕਿਉਂਕਿ ਦੂਜੇ ਕਲਚਰ ਦਾ ਪਤਾ ਨਹੀਂ ਹੁੰਦਾ। ਸੋ ਬਸ ਚੱਲਣ ਲੱਗਿਆ ਮੱਥਾ ਟੇਕ ਕੇ ਆ ਗਿਆ ਗਗਨ। ਇਹ ਕਹਿੰਦੇ ਇੱਕ ਫੋਟੋ ਲੈਣੀ ਹੈ ਤੁਸੀਂ ਪਾਣੀ ਪਾਓ ਦੁਬਾਰੇ। ਲੈ ਵੀ ਬਰਾਤੀਆਂ ਦੀ ਹੁਣ ਸਾਰਿਆਂ ਦੀ ਤਿਆਰੀ ਹੈ, ਪੈਲਸ 'ਚ ਜਾਣਾ ਹੁਣ ਆਪਾਂ। ਰਾਤ ਇਹ ਕਹਿੰਦੇ ਸੀ ਵੀ ਜਾਗੋ ਵੀ ਅਸੀਂ ਪਹਿਲੀ ਵਾਰੀ ਦੇਖਿਆ ਅਤੇ ਪੈਲਸ ਦਾ ਐਡਾ ਵੱਡਾ ਇਕੱਠ ਬੱਠ ਅਤੇ ਐਡਾ ਵੱਡਾ ਵਿਆਹ ਵੀ ਮੈਨੂੰ ਲੱਗਦਾ ਇਹ ਪਹਿਲੀ ਵਾਰੀ ਦੇਖਣ ਕਿਉਂਕਿ ਇਹਨਾਂ ਦੇ ਕਲਚਰ 'ਚ ਇਹ ਸਭ ਹੈ ਨਹੀਂ ਗਾ। ਲੈ ਵੀ ਪਹੁੰਚ ਗਏ ਪੈਲਸ 'ਚ ਆਪਾਂ। ਇਹ ਹੈਗਾ ਸਪਰਿੰਗ ਵਿਲਾ ਬਰਨਾਲੇ। ਦੋ ਢਾਈ ਸਾਲ ਬਾਅਦ ਵਿਆਹ ਆਇਆ ਮੈਂ ਇਹ ਪੈਲਸ 'ਚ। ਨਹੀਂ ਇੱਧਰ ਵਾਲੇ ਚੜ ਆ ਜਾਂਦੇ ਹਾਂ, ਮੈਰੀਲੈਂਡ 'ਚ ਆ ਜਾਂਦੇ ਹਾਂ। ਹਾਂ ਮੋਸਟ ਆਫ ਮੈਰੀਲੈਂਡ 'ਚ ਵਿਆਹ ਹੁੰਦੇ ਆ ਬਰਨਾਲੇ। ਤਿੰਨ ਇੱਕ ਗ੍ਰੈਂਡ ਕੈਸਲ ਆ ਅਤੇ ਤਿੰਨ ਪੈਲਸ ਹੈ ਵੈਸੇ ਮੇਨ। ਮੈਰੀਲੈਂਡ ਹੈ ਜਿਹੜਾ ਉਹ ਆਪਣੇ ਚਾਚੇ ਗਈ ਹੈ। ਜੇ ਕਿਸੇ ਨੇ ਡਿਸਕਾਊਂਟ ਲੈਣਾ ਹੋਵੇ ਤਾਂ ਦੱਸ ਦਿਓ। ਕੇਰਾਂ ਤਾਂ ਇਹ ਬੌਂਦਲ ਜਾਣਗੇ ਇੰਨਾ ਇਕੱਠ ਦੇ ਕੇ ਕਿਉਂਕਿ ਇਹਨਾਂ ਨੇ 20-30 ਬੰਦੇ ਤੋਂ ਵੱਧ ਇਕੱਠ ਨਹੀਂ ਦੇਖਿਆ। ਲਓ ਬਈ ਪਹੁੰਚ ਗਏ ਆਪਾਂ ਵੈਡਿੰਗ 'ਤੇ। ਦਿਖਾਈ ਇਹਨਾਂ ਨੂੰ ਗ੍ਰੈਂਡ ਵੈਡਿੰਗ ਪੰਜਾਬ ਦੀ। ਇਹ ਕਹਿੰਦੇ ਸੀ ਵੀ 2.5 million ਤੁਸੀਂ ਕਿਵੇਂ ਖਰਚ ਕਰ ਦਿੰਦੇ ਹੋ 20-25 lakh ਰੁਪਇਆ ਵਿਆਹਾਂ 'ਤੇ, ਅਤੇ ਹੁਣ ਇਹਨਾਂ ਨੂੰ ਸਮਝ ਆਊਗਾ ਵੀ 20-25 lakh ਪੰਜਾਬ ਦੇ ਵਿਆਹ 'ਤੇ ਕਿਵੇਂ ਖਰਚ ਹੋ ਜਾਂਦਾ। ਇੱਥੇ ਕੁੜਮ ਕੁੜਮ ਅਤੇ ਮਾਸੜ ਮਾਸੜ, ਮਾਮੇ ਮਾਮੇ ਸਾਰੇ ਮਿਲਣਗੇ। ਹੁਣ ਇਹਨਾਂ ਨੂੰ ਕੀ ਦੱਸੀਏ, ਸਾਰੇ ਨੂੰ ਅੰਗਰੇਜ਼ੀ 'ਚ ਅੰਕਲ ਹੀ ਕਹਿੰਦੇ ਨੇ, ਤਾਂ ਇਹਦਾ ਕਹਿੰਦਾ ਅੰਗਰੇਜ਼ੀ 'ਚ ਤਰਜਮਾ ਸਹੀ ਨਹੀਂ ਹੁੰਦਾ ਬੰਦੇ। ਮਿਲਣੀ ਦਾ ਪ੍ਰੋਗਰਾਮ ਚੱਲ ਪਿਆ ਅਤੇ ਹੁਣ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਵੀ ਮਿਲਣੀ ਕਿਵੇਂ ਹੁੰਦੀ ਹੈ। ਫਸਟ ਟਾਈਮ ਜਦੋਂ ਮੁੰਡੇ ਕੁੜੀ ਵਾਲਿਆਂ ਨੂੰ ਆਪਸ 'ਚ ਇਹ ਮਿਲਦੇ ਹੈਗੇ ਅਤੇ ਦੇਖਦੇ ਹੋਏ ਹੈਰਾਨ ਹੋ ਰਿਹਾ ਵੀ ਕਿਵੇਂ ਦਾ ਕੰਮ ਚੱਲਦਾ। ਐਂਡ 'ਤੇ ਅੱਜ ਵਿਊ ਵੀ ਲਵਾਂਗੇ ਇਹਨਾਂ ਦਾ ਓਪੀਨੀਅਨ ਵੀ ਕਹਿਣਗੇ ਵੀ ਜ਼ਿਆਦਾ ਖਰਚ ਕਰਦੇ ਹੋ ਜਾਂ ਨਹੀਂ, ਕਿਵੇਂ ਦਾ ਲੱਗਦਾ ਪੰਜਾਬ ਦਾ ਵਿਆਹਾਂ ਦਾ। ਲੈ ਵੀ ਇਹੋ ਜਿਹਾ ਪੈਲਸ ਅਤੇ ਦਿਖਾ ਦਈਏ ਤੁਹਾਨੂੰ। ਆਹ ਮੁੰਡੇ ਵੀ ਪਹੁੰਚ ਗਏ, ਕਿਵੇਂ ਆ? ਇਹ ਖਾਸ ਦੋਸਤ ਨੇ ਲਾੜੇ ਦੇ, ਹੈ ਨਾ ਓਏ? ਪਟਾਕੇ ਪਟੂਕੇ ਲਏ ਸੀ ਅਤੇ ਦੇਖੋ ਪੈਲਸ, ਮੈਂ ਕਿਹਾ ਤੁਹਾਨੂੰ ਵੀ ਦਿਖਾ ਦਾਂ। ਸਪਰਿੰਗ ਵੇਲੇ ਅੰਦਰੋਂ ਥੋੜ੍ਹਾ ਜਿਹਾ ਹਨੇਰਾ ਜਿਹਾ ਹੋਣ ਲੱਗ ਗਿਆ ਹੁਣ ਤਾਂ, ਮੈਨੂੰ ਲੱਗਦਾ ਪਹਿਲਾਂ ਵਾਲੇ ਟਾਈਮ 'ਚ ਜ਼ਿਆਦਾ ਸਾ ਵਧੀਆ ਹੁੰਦਾ ਸੀ, ਜ਼ਿਆਦਾ ਚਾਨਣ ਹੁੰਦਾ ਜਦੋਂ ਮੈਂ ਪਹਿਲਾਂ ਦੇਖਿਆ। ਅੱਛਾ ਇਹ ਗੱਲਾਂ ਬਾਤਾਂ ਕਰ ਰਹੇ ਨੇ, ਇਹ ਕਹਿੰਦੇ ਵੀ ਇੱਥੇ ਇੱਕ ਵੈਡਿੰਗ ਹੈ ਕਿ 2-3? ਮੈਂ ਕਿਹਾ ਵੀ ਇੱਕ ਵਿਆਹ ਲਈ ਸਾਰਾ ਇਹ ਇਕੱਠ ਹੋਇਆ ਨਾ, ਅਤੇ ਹੈਰਾਨ ਹੋਈ ਜਾਂਦੇ ਨੇ ਵੀ ਇੱਕ ਲਈ ਇੰਨਾ ਕੁਛ ਇਹ ਕਰ ਰੱਖਿਆ ਹੈਗਾ। ਅਤੇ ਮੈਂ ਕਿਹਾ ਵੀ ਅਸੀਂ ਤਾਂ ਹੀ ਕਰਦੇ ਹਾਂ, ਸਾਡੇ ਕਲਚਰ 'ਚ ਹੀ ਚੱਲਦਾ ਹੈਗਾ। ਲਓ ਵੀ ਆਪਾਂ ਸੀਟ ਦੱਬ ਲਈ, ਫਿਰ ਬਾਅਦ 'ਚ ਸੀਟਾਂ ਦਾ ਬਹੁਤ ਰੌਲਾ ਪੈਂਦਾ ਹੁੰਦਾ, ਬਾਅਦ 'ਚੋਂ ਸੀਟਾਂ ਨਹੀਂ ਮਿਲਦੀਆਂ ਹੁੰਦੀਆਂ। ਕੁਛ ਇਹਨਾਂ ਨੇ ਜ਼ਿਆਦਾ ਤੁਰਨਾ ਫਿਰਨਾ ਪਸੰਦ ਵੀ ਨਹੀਂ ਕਰਨਾ ਕਿਉਂਕਿ ਇਹ ਕੱਲ੍ਹ ਜਾਗੋ ਤੋਂ ਵੀ ਜਲਦੀ ਚੱਲ ਗਏ ਸੀ, ਬਾਲੇ ਧੂਮ ਧੜਕ ਤੋਂ ਇਹ ਟਲਦੇ ਹੈਗੇ। ਇਹਨਾਂ ਨੂੰ ਆਉਂਦਾ ਦੂਰ ਵੀ ਸ਼ਾਂਤ ਜਿਹੀ ਜਗ੍ਹਾ ਪਸੰਦ ਕਰਦੇ ਆ ਤਾਂ ਕਿਤੇ। ਅਸੀਂ ਇੱਥੇ ਮੈਨੂੰ ਲੱਗਦਾ ਇੱਥੇ ਬਹਿ ਕੇ ਮੰਗਾਈ 'ਚ ਭਲਾਈ ਹੈ ਸਾਰਾ ਕੁਛ। ਇਹਨਾਂ ਦੇ ਵਿਆਹਾਂ 'ਚ ਨਾ ਮਸਾਂ 30-40 ਬੰਦੇ ਹੁੰਦੇ ਆ ਅਤੇ ਆਪਣੇ 300-400 ਬੰਦੇ ਵਾਲਾ ਆਮ ਜਿਹਾ ਵਿਆਹ ਮੰਨਿਆ ਜਾਂਦਾ। ਇਹਦਾ ਫੋਟੋ ਖਿੱਚਣ ਦੀ ਹੋਏ ਪਏ ਨੇ, ਹੋਰ ਸੰਦੀਪ ਫੋਟੋ ਖਿੱਚਣ ਦੀ ਹੋਏ ਪਏ ਨੇ, ਤਾਂ ਇਹਨਾਂ ਦਾ ਵੀ ਪਤਾ ਨਹੀਂ ਕਿੱਥੇ ਆ ਗਿਆ। ਲੈ ਇੱਧਰ ਨੌਨ ਵੈਜ ਵਾਲਾ ਕੰਮ ਆ ਸਾਰਾ। ਅੱਛਾ ਹਾਂਜੀ ਹਾਂਜੀ ਵੀਰੇ ਕਰ ਲਓ। ਸੋ ਲੈਟਸ ਗੋ ਇਨਸਾਈਡ ਫਾਰ ਦੀ ਫੂਡ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਲੈ ਵੀ ਅੰਦਰਲੇ ਪਾਸੇ ਦੇਖ ਲਈਏ ਕੀ ਕੁਛ ਖਾਣ ਨੂੰ। ਓ ਹੋ, ਇਹਦਾ ਇਹੋ ਜਿਹਾ ਲੋਈ ਜੀ ਉੱਤਰ ਜਾਂਦੀ ਹੈ ਇਹਦੀ, ਜਿਹਦੀ ਉੱਤਰ ਗਈ ਲੋਈ ਉਹਦਾ ਕੀ ਕਰੂ ਕੋਈ। ਸਹੁਰੇ ਦੀ ਸੇਵਾ ਕਰਨਾ ਜਾ ਆਖਰੀ ਦਿਨ ਹੈ, ਸਹੁਰਾ ਲੱਗਦਾ ਇਹ। ਸੱਸ ਆ ਜੂਗੀ, ਸਹੀ ਗੱਲ ਹੈ, ਸੱਸ ਆਈ ਹੋਈ ਹੈ, ਸੰਗਦਾ ਸਹੁਰਾ ਥੋੜ੍ਹਾ ਜਿਹਾ ਚੰਗਾ। ਬਈ ਗੋਰੀ ਦਾ ਕਹਿੰਦੀ ਆਪਾਂ ਤਲਿਆ ਫਲਿਆ ਫੂਡ ਖਾਣਾ ਨਹੀਂ, ਘੱਟ ਹੀ ਖਾਂਦੇ ਹੁੰਦੇ ਆ ਤੁਹਾਨੂੰ ਪਤਾ। ਅਤੇ ਆਪਣੀ ਪਲੇਟ 'ਚ ਫਿਰ ਆਮਲੇਟ ਪਕੌੜੇ, ਭੁੱਖ ਲੱਗੀ ਸੀ ਬਾਹਲੀ, ਇੱਕ ਤਾਂ ਲੇਟ ਸੀਗਾ ਔਲਰੇਡੀ ਤਾਂ ਕਰਕੇ ਹੋ ਗਿਆ। ਬਾਈ ਮੇਰੀ ਵੀਡੀਓ ਬਣਾਈ ਜਾਂਦਾ, ਮੈਂ ਬਾਈ ਦੀ ਬਣਾਈ ਜਾਂਦਾ, ਦੇਖਦੇ ਹੁਣ ਕਿਹੜਾ ਜਿੱਤਦਾ ਮੋਰਚਾ। ਵੀ ਇੱਥੋਂ ਦੇਖਦਾ ਸਾਰਾ ਪੈਲਸ ਅਤੇ ਮੈਨੂੰ ਐਂ ਤੁਹਾਨੂੰ ਸਾਰਾ ਪੈਲਸ ਦਿਖਾ ਦਾਂ ਬਾਹਰਲੇ ਪਾਸਿਓ। ਫੋਟੋਆਂ ਜਗ੍ਹਾ ਜਗ੍ਹਾ ਤੋਂ ਲੱਗੀਆਂ ਦਾ ਵੀ ਇੱਥੋਂ ਵੀ ਸੋਹਣੀਆਂ ਹੋਣਗੀਆਂ, ਇੱਥੋਂ ਵੀ ਸੋਹਣੀਆਂ ਹੋਣਗੀਆਂ। ਲਾੜਾ ਭੱਜ ਗਿਆ ਲਾੜੇ ਨਾਲ, ਸਾਡੀ ਫੋਟੋ ਰਹਿੰਦੀ ਹੈ ਹਜੇ ਇੱਕ, ਉਹ ਕਰਾਉਣੀ ਆ।
ਬਾਈ ਹੋਣਿਆਂ ਦਾ ਖਾਸ ਤੌਰ ਤੇ ਥੈਂਕ ਯੂ ਤੇ ਬਹੁਤ ਸਾਰੀਆਂ ਸਾਡੀਆਂ ਫੋਟੋ ਕਰ ਰਹੇ ਤੇ ਹੁਣ ਟਾਈਮ ਆ ਉਹਨਾਂ ਨੂੰ ਦੇਣ ਦਾ ਉਹਨਾਂ ਨੂੰ ਟਾਈਮ ਦਿਓ ਜਿੰਨਾ ਦਾ ਬਣਦਾ ਇੰਨੀਆਂ ਤਾਂ ਅੱਜ ਬ੍ਰਾਈਡ ਤੇ ਬਰੂਮ ਦੀਆਂ ਨਹੀਂ ਹੋ ਰਹੀਆਂ ਜਿੰਨੀਆਂ ਸਾਡੀਆਂ ਸ਼ੁਕਰੀਆ ਬਾਈ ਜੀ ਮਿਹਰਬਾਨੀ ਚਲੋ ਜੀ ਖੁਸ਼ੀ ਖੁਸ਼ੀ ਹੈਲੋ ਸਤਿ ਸ਼੍ਰੀ ਅਕਾਲ ਖੁਸ਼ੀ ਤੁਹਾਡੇ ਸੱਸ ਨੂੰ ਤੁਸੀਂ ਲੈ ਕੇ ਜਾਓ ਨਾਲ ਗਗਨ ਨੂੰ ਕਹਿ ਕਰ ਇਹ ਸੱਸ ਲੱਗਦੇ ਆ ਨਹੀਂ ਨਹੀਂ ਇਹ ਲੱਗਦੇ ਆ ਗਗਨ ਸਹੁਰਾ ਲੱਗਦਾ ਹੁਣ ਪੋਜ ਹੋਣ ਦੇ ਲਈ ਜਾ ਰਹੇ ਹੈ ਅਤੇ ਟਾਈਮ ਜੇ ਮੈਂ ਤੁਹਾਨੂੰ ਦਿਖਾਵਾਂ ਵੀ ਕਿੰਨਾ ਹੋ ਗਿਆ ਅਤੇ 2:59 ਹੋ ਗਏ ਤੁਸੀਂ ਦੇਖ ਲਓ ਇੰਨਾ ਟਾਈਮ ਹੋਇਆ ਪਿਆ ਹੈਗਾ ਅਤੇ 3 ਵਜੇ ਤੱਕ ਹਜੇ ਹੁਣ ਪੋਜ ਹੋਣਗੇ ਫਿਰ ਸ਼ਗਨ 'ਤੇ ਬੈਠੂ ਸਾਡਾ ਮੁੰਡਾ ਘਰੋਂ ਹੀ ਇੰਨਾ ਲੇਟ ਤੁਰਿਆ ਹੈਗਾ ਅਤੇ ਖੁਸ਼ੀ ਕਹਿੰਦੀ ਵੀ ਸੱਸ ਦੀ ਪਹਿਲੇ ਦਿਨ ਹੀ ਸੇਵਾ ਕਰ ਲਾਂ ਮੈਂ ਬਾਈ ਅਸੀਂ ਸੱਸ ਦੀ ਸੇਵਾ ਕਰ ਲਈ ਪਹਿਲੇ ਦਿਨ ਹੀ ਸਹੁਰੇ ਦੀ ਪਹਿਲਾਂ ਕੀਤੀ ਆ ਸਹੁਰਾ ਵੀ ਨਹੀਂ ਕਹਿ ਸਕਦਾ ਸਹੁਰਾ ਸੰਗਲ ਲੱਗ ਗਿਆ ਥੋੜਾ ਥੋੜਾ ਸੱਸ ਮੂਰੇ ਇਹ ਬਾਈ ਕਹਿੰਦੇ ਥੋੜੀ ਜਿਹੀ ਸਾਡੀ ਵੀ ਐਡ ਕਰ ਦੇ ਜੇ ਮੇਰੇ ਬੋਲਣ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਕੋਈ ਗੱਲ ਨਹੀਂ ਜਿਹੜੇ ਮੇਰੇ ਵੀਰ ਭਾਈ ਨੇ ਸੰਪਰਕ ਕਰਨਾ ਹੋਵੇ ਉਹਨਾਂ ਨਾਲ ਕਰ ਸਕਦੇ ਹੋ ਨੱਚਦਾ ਪੰਜਾਬ ਰਾਸਤੀ ਗਿੱਧਾ ਗਰੁੱਪ ਆ ਇਹਨਾਂ ਦਾ ਇਹ ਕਹਿੰਦੇ ਥੋੜੀ ਐਡ ਕਰਦੀ ਬੋਲੀ ਪਾ ਦਿਓ ਹੁਣ ਸਾਡੇ ਤੇ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਕਹਿੰਦੇ ਵੈਸੇ ਤਾਂ ਤੁਸੀਂ ਪੈਸੇ ਲੈਂਦੇ ਹੋਗੇ ਜਾਂ ਪੇਂਟ ਹੋਊਗਾ ਤੇ ਮੈਂ ਕਿਹਾ ਚੱਲ ਬਾਈ ਕੋਈ ਚੱਕਰ ਨਹੀਂ ਹੈਗਾ ਸਾਡੇ ਰੱਬ ਨੇ ਮੇਲ ਕਰਾਏ ਤੇਰੀ ਮੇਰੀ ਜੋੜੀ ਬਣ ਗਈ ਕਿਆ ਬਾਤ ਹੈ ਬਾਈ ਨੇ ਨਾ ਬੋਲੀ ਵੀ ਜਮਾ ਸਾਡੇ ਦੀ ਬਣਾ ਕੇ ਪਾਈ ਹੈਗੀ ਤੇਰੀ ਮੇਰੀ ਜੋੜੀ ਬਣ ਗਈ ਥੈਂਕ ਯੂ ਇਹ ਲਓ ਜੀ ਹੋਣ ਜਾ ਰਹੀ ਹੈ ਛਤਰ ਛਾਇਆ ਦੁਬਾਰੇ ਆ ਗਏ ਗੱਭਰੂ ਲੰਬੇ ਲੰਬੇ ਮੁੰਡੇ ਜਾਓ ਸਾਜਨ ਸਾਜਨ ਲੱਗ ਨਾਲ ਯਾਰ ਨਵੀਂ ਜੋੜੀ ਨੂੰ ਸਾਡੇ ਵੱਲੋਂ ਮੁਬਾਰਕਾਂ ਬਹੁਤ ਬਹੁਤ ਤੇ ਹੱਸਦੇ ਖੇਡਦੇ ਰਹਿਣ ਮਹਾਰਾਜ ਰੰਗ ਭਾਗ ਲਾਉਣ ਇਹਨਾਂ ਨੂੰ ਤੇ ਪਰਿਵਾਰ ਲਈ ਕਿਸੇ ਵੀ ਪਰਿਵਾਰ ਲਈ ਮਸਾਂ ਇਹ ਦਿਨ ਆਉਂਦਾ ਹੁੰਦਾ ਸੁੱਖਾਂ ਸੁੱਖ ਇਹ ਮੁੰਡਾ ਕਹਿੰਦਾ ਮੇਰੀ ਵੀਡੀਓ ਆ ਜੇ ਹੈ ਇਹ ਆਲੂ ਵਾਲਾ ਆਪਣਾ ਖਾਸ ਹੋਊਗਾ ਆਲੂ ਵਾਲਾ ਕੀ ਹੈ ਖਾਸ ਅੱਜ ਇਹ ਪੂਰਾ ਫਾਇਦਾ ਚੱਕ ਰਹੇ ਨੇ ਮੇਰੇ ਚਾਚੇ ਤਾਏ ਦੇ ਮੁੰਡੇ ਸਾਰਾ ਇਹਦੀ ਵੀਡੀਓ ਬਣਾ ਦੇ ਇਹਦੀ ਬਣਾ ਦੇ ਇਹ ਜੀ ਮੁੰਡੇ ਦਾ ਡੈਡੀ ਕਹਿੰਦਾ ਭਗਾਊ ਨੋਟਾਂ ਦੀ ਗੱਤੀ ਹਾਏ ਹਾਏ ਲੈ ਵੀ ਇਹ ਕਹਿੰਦੇ ਸਾਡੇ ਨਹੀਂ ਆਇਆ ਲੈ ਕੇ ਆਉਂਦੇ ਜਿਵੇਂ ਤੁਸੀਂ ਲਈ ਜਾਂਦੇ ਹੋ ਅਤੇ ਸਾਡੇ ਤਾਂ ਕਹਿੰਦੇ ਰਿੰਗ ਮੁੰਦਰੀ ਜੀ ਪਾ ਕੇ ਇੱਦਾਂ ਹੀ ਵਿਆਹ ਕਰ ਦਿੰਦੇ ਆ ਅਤੇ ਵੀ ਤੁਹਾਡੇ ਐਡੇ ਵਧੀਆ ਤਰੀਕੇ ਨਾਲ ਲਿਆ ਰਹੇ ਆ ਇੰਨਾ ਵੈਲਕਮ ਕਰ ਰਹੇ ਆ ਜਿੰਨਾ ਜਿੰਨਾ ਮਰਜ਼ੀ ਕੁਛ ਹੋਵੇ ਖਾਣ ਪੀਣ ਅਤੇ ਬੁੜੀਆਂ ਦੀ ਜਿਹੜੀ ਲਾਈਨ ਕੁੜੀਆਂ ਦੀ ਬੁੜੀਆਂ ਦੀ ਜਿਹੜੀ ਲਾਈਨ ਹੁੰਦੀ ਆ ਉਹ ਹੁੰਦੀ ਆ ਗੋਲ ਗੱਪਿਆਂ 'ਤੇ ਦੇਖੋ ਕਿਵੇਂ ਚੱਕ ਰਹੀ ਹੈ ਕਿੰਨੀ ਭੀੜ ਆ ਇੱਥੇ ਹੋਰ ਕਿਸੇ ਸਟਾਲ 'ਤੇ ਤੁਹਾਨੂੰ ਇੰਨੀ ਭੀੜ ਨਹੀਂ ਮਿਲਣੀ ਆ ਲੈ ਮੈਂ ਇੱਧਰ ਹੋਰ ਪਾਸੇ ਦਿਖਾਵਾਂ ਇੱਧਰ ਫਰੂਟ ਸਟਾਲ ਆ ਈਵਨ ਕਿ ਇਹ ਵੀ ਖਾਲੀ ਪਈ ਆ ਇੱਧਰ ਕੋਈ ਵੀ ਬੰਦਾ ਨਹੀਂ ਆ ਰਿਹਾ ਇੱਧਰ ਸਾਡੂਆਂ ਦੀ ਪੱਗ ਹੱਲ ਗਈ ਇਹ ਸਾਡੂ ਸਾਡੂ ਦੀ ਪੱਗ ਠੀਕ ਕਰੀ ਜਾਂਦਾ ਸਾਡੂ ਸਾਡੂ ਪਤਾ ਕਿਆ ਹੁੰਦਾ ਹੈ ਕਿਆ ਨਹੀਂ ਪਤਾ ਜੋ ਸੇਮ ਸਿਸਟਰਸ ਕੋ ਮੈਰਿਜ
सेम दो सिस्टर थे अभी पता चल गया मतलब अलीस की सिस्टर्स की आपके साथ शादी हो तो अलीस की आपके साथ हो ऐसा समझ गए तो उसको हमारे पंजाब में साडू साडू बोलते हैं ले भी अंग्रेज भी ये भी गोलगप्पियां दे लगे पए ने और कुछ नहीं खाना कहंदे खुशी ने ऐसी जी रीस लाई है कि गोलगप्पे खाओ ये देखो ईरान वाले डांस करते मजा मिलया पंजाब दा विआह इन्हां नूं ये है फत्ते वाला साडू हमारे फूते खैखी बोली है ना क्या बोल रहे थे आप पानी पूरी चोर लगे हुए गोल गप्पे ट्रे चक ली पूरी है सही है सही है सही है साडू ने देख लो इन चढ़ाई है स्क्रीन से भी देखने लाती आ बरात चढ़ते हैं मैं लगता है ना फिर ये भी कि लाते हो नाली सही गल चाचा कहते अंग्रेजों गलियां अंग्रेजों गलिया गल हूं मैं अंग्रेजी उतरन भी ला गई है उतरन ला गई हूं मुंडे थोड़े तिना की बहार है सही है कि नहीं हाँ हाँ धन्यवाद धन्यवाद हाँ चलो मेहरबानी भी हूं टाइम आ गया शगन पाउण दा ते सारी साडी टीम चली है शगन पाउण दे लई टाइट हो गए बंदे मजाक कर दे ड्रिंक ड्रुंक कुछ नहीं करते वेजिटेरियन ने इन्हां दा तुहानूं पहले ही पता पहले दिन भी वेजिटेरियन ने ते सारे शगन पाउण दे लई जाने उपर एक हजार घर फोटो भी करवानी है ये इतने पूरी एलबम रखी हुई है तो एक एक फोटो कहते असी घर लेके जानी है नाल अपने एज ए मैमरी भी असी पंजाब के ये विआह च शामिल हुई सी ते हुण जिहड़ी जिहड़ी इन्हां नूं पसंद आ फोटो वह चक रहे सलामी पा ली तो आप हूँ भी रोटी खाने के लिए चलना ये कहते हजे भी कोई कसर है भी सवेर का तो खाई 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 जाने मैं भी साडा तो अं चलता हूँ पिंड वाले का जो 100-100 रुपया पाँगा पूरा मुल मोड़ते हैं लै भाई इस टाइम टू लंच कह सकते हैं कि डिनर कह सकते दोनों चो कुछ भी ला लो लंच डिनर दोनों ही होंगे बाकी खुशी हैगी सैटिंग कर बारी बारी खुशी इधर टिक्का सैट करना पैंता टिक्का थले आ जाता कद होता टिक्का थले
ਵਾਲ ਹੀ ਨੀ ਵਿਚਾਰੀ ਹੈਗੇ ਹੁਣ ਤਾਂ ਜਿਹੜਾ ਆਪਣੇ ਖੁਸ਼ੀ ਵਾਲੇ ਵਾਲ ਹੁਣ ਫਿਰ ਟਿੱਕਾ ਖੜੇ ਸਹੀ ਗੱਲ ਹੈ ਕਹਿੰਦਾ ਆਪਣੀਆਂ ਕੁੜੀਆਂ ਨੂੰ ਹੱਥ ਉੱਥੇ ਪਾਰ ਕੇ ਹੋਏ ਟਿੱਕਾ ਉਹ ਕਰ ਲੈਂਦੇ ਆ पगड़ी सीख के जानी है ये कहने पग नू प्यार कर लगे बाबा जी कहने पग उ जाके बन्या करो तो मैं आपको सिखा भी दूंगा उधर लगाना वापस जाके है ठीक है रात को आज सिखाऊंगा ठीक है खेड़ रहे हैं जैसे आप ऐसे लगते हैं जैसे हमारे पंजाबी भाई हो सरदार लोग हो आप ले बिके कटण दा टाइम आ दो दो एक भुल गए सी दोबारे फिर लिया अंग्रेज इंजे मूवमेंट नूं तां थोड़ा जिहा इंजॉय करदे क्योंकि अपने थोड़े वैस्ट चों ही आईआं चीज़ां जन्मदिन मनाउणे मतलब केक कूक कट्टणे है ना ये सब करदे आ जिहड़ी ए मुंडा केक खवाउण लिया है देखो किड्डा वड्डा इन्ना केक खाणा है ओए ए खुशी नूं कहिंदा वी जे खादा नहीं जांदा तां सिर ते धर के घरे ले जा सकदे हो खुशी ने भाई खुशी ने जमा सही सलाह दी है सारे जने दिलों भरे पिया सीगा खुशी डीजे वाले नूं कहिंदी वी उन्होंने फंक्शन किया ते उन्होंने कल्लियां नूं नचण दो उन्होंने दा मूवमेंट है उन्होंने ते सारे नूं हुण दिलदार है ओके डीजे एक पंजाबी कपल सॉन्ग इस ग्रुप नूं कपल लई खुशी गाना भी सुजेस्ट कर ही दे हुण हांजी तुसीं डीजे तेरी मेरी जोड़ी हां वाह गुड देखो सारा हो गया पैलेस खाली तो हूँ साढ़े जाने का टाइम इन्ना टाइम अजा इन्ना लेट भी मैं जान बुझ के होया मैंने ऐसी जमा एंड तक शुरू तो लैके इन्होंने दिखाया जा सके भी किमें किमें का सीन होंगे तो किमें साडा सारा जन फंक्शन चलता होंगे है सारे जने वापस मुड़ गए तो डोली भी इतों विदा हो चुकी सब तो एंड ते जा रहे हैं इन्हों का एक्सपीरियंस तो यह कहता कहें भी शोर शराबा रौला रप्पा बाला सीगा कहें इन्ना असी तो झल नहीं सकते तो वैसे ही पिछे बैठे रहे तो दूजा कहें भी कोई तुक नहीं मानती कहते ना वेस्ट ऑफ मनी है
ਕਹਿੰਦੇ ਇੰਨੇ ਪੈਸਿਆਂ 'ਚ ਹੋਰ ਘੁੰਮ ਲਓ, ਹੋਰ ਕਿਤੇ ਆ ਜਾ ਸਕਦੇ ਹੋ ਤੁਸੀਂ, ਇੰਨਾ ਕੁਛ ਕਰ ਸਕਦੇ ਹੋ ਨਾ। ਸੋ ਇਹ ਚਾਹੁੰਦੇ ਨੇ ਕਿ ਜਿਹੜਾ ਤੁਸੀਂ ਇੱਥੇ ਪੈਸਾ ਵੇਸਟ ਕਰਦੇ ਉਹਦੇ ਨਾਲ ਚੰਗਾ ਤੁਸੀਂ ਦੁਨੀਆ ਘੁੰਮੋ। ਪਰ ਮੈਨੂੰ ਇਹ ਲੱਗਦਾ ਕਿ ਇਹ ਨਾ ਹਰ ਇੱਕ ਦੇ ਟੇਸਟ ਅਲੱਗ ਅਲੱਗ ਹੁੰਦਾ, ਜਿਵੇਂ ਕਿਸੇ ਨੂੰ ਸੇਮ ਸਬਜ਼ੀ ਨਹੀਂ ਪਸੰਦ, ਸੇਮ ਫਰੂਟ ਨਹੀਂ ਕਿਸੇ ਨੂੰ ਪਸੰਦ ਹੁੰਦਾ, ਅਤੇ ਤਾਂ ਕਰਕੇ ਮਤਲਬ ਜਿਵੇਂ ਤੁਹਾਡਾ ਦਿਲ ਕਰਦਾ ਤੁਹਾਨੂੰ ਉਵੇਂ ਕਰ ਲੈਣਾ ਚਾਹੀਦਾ। ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਜੇ ਆਪਣੀ ਮਨੀ ਇੱਧਰ ਸਪੈਂਡ ਕਰਨੀ ਵਧੀਆ ਲੱਗਦਾ ਤਾਂ ਉਹ ਕਰੀ ਚੱਲੋ ਜੀ। ਉਹ ਤਾਂ ਥੱਕ ਗਏ ਕਾਫੀ ਟਾਈਮ ਦੇ, ਕਾਰ 'ਚ ਜਾ ਕੇ ਬੈਠੇ ਆ ਅਤੇ ਹੋ ਗਿਆ ਉਹਨਾਂ ਨੂੰ ਅੱਧਾ ਘੰਟਾ ਕਾਰ 'ਚ ਬੈਠਿਆਂ ਨੂੰ। ਅਤੇ ਅਸੀਂ ਉਹਨਾਂ ਤੋਂ ਪੁੱਛਿਆ ਸੀਗਾ, ਕੁੱਲ ਮਿਲਾ ਕੇ ਤਾਂ ਤੱਥ ਨਿਚੋੜ ਇਹ ਨਿਕਲਦਾ, ਮਤਲਬ ਤੁਹਾਡੇ ਕੋਲ ਕਰਜ਼ਾ ਚੱਕ ਕੇ ਕੁਛ ਵੀ ਨਾ ਕਰੋ, ਜੇ ਤੁਹਾਡੇ ਕੋਲ ਸੇਵਿੰਗ ਹੈ, ਪੈਸਾ ਹੈਗਾ ਤਾਂ ਤੁਸੀਂ, ਜੇ ਤੁਹਾਨੂੰ ਚੰਗਾ ਲੱਗਦਾ, ਮਤਲਬ ਜਿਵੇਂ ਗਗਨ ਦਾ ਵਿਆਹ ਸੀਗਾ, ਇਹਦੇ ਪਹਿਲਾਂ ਡੈਡੀ ਤੋਂ ਵਿਆਹ, ਸਿੱਧਾ ਇਹਦਾ ਵਿਆਹ ਆਇਆ, 25 ਸਾਲਾਂ ਬਾਅਦ ਘਰ 'ਚ ਇੱਕ ਵਿਆਹ ਆਇਆ, ਹੈ ਨਾ। ਅਤੇ ਸਵਾਲ ਇਹ ਹੁੰਦਾ ਹੋਰ ਆਪਾਂ ਪੈਸੇ ਕਮਾਉਂਦੇ ਵੀ ਕਾਹਦੇ ਵਾਸਤੇ ਫਿਰ ਜੇ ਆਪਾਂ ਖਰਚਣੇ, ਹੈ ਨਾ। ਅਤੇ ਜਿਵੇਂ ਨੈਕਸਟ ਹੁਣ ਮੇਬੀ ਅਗਰ ਨੈਕਸਟ 20 ਈਅਰਸ ਨੂੰ ਜਾਂ 25 ਈਅਰਸ ਨੂੰ ਦੁਬਾਰਾ ਫਿਰ ਕੋਈ ਫੰਕਸ਼ਨ ਆਊਗਾ, ਤਾਂ ਇਸ ਕਰਕੇ ਬਾਕੀ ਅਲੱਗ ਅਲੱਗ ਓਪੀਨੀਅਨ ਹੁੰਦਾ ਹਰ ਚੀਜ਼ ਦੇ, ਹੈ। ਬਾਕੀ ਮੁੱਕਦੀ ਗੱਲ ਇਹ ਆ, ਜੇ ਜੇਬ ਭਾਰ ਚੱਲਦੀ ਹੈ ਤਾਂ ਜ਼ਰੂਰ ਕਰੋ, ਕਿਉਂਕਿ ਜੇਬ 'ਚ ਬੈਂਕ 'ਚ ਪੈਸਾ ਪਿਆ ਵੱਧਦਾ ਵੀ ਨਹੀਂ ਹੈਗਾ, ਇਹਦਾ ਜੀਰੋ ਜਿੰਨਾ ਮਰਜ਼ੀ ਲਾ ਜਾਓ, 10 ਨੰਬਰ ਨੇ, ਜਸਟ ਇੱਕ ਨੰਬਰ ਹੁੰਦਾ, ਜਿਵੇਂ 10 ਹੋ ਗਿਆ, ਅੱਗੇ 20 ਹੋ ਗਿਆ, ਜਾਂ ਕਰੋੜ ਹੋ ਜਾਈ, 2, 3, 5 ਉਹਦਾ ਕੋਈ ਅੰਤ ਹੀ ਨਹੀਂ, ਹੈ ਨਾ। ਅਤੇ ਐਂਡ 'ਤੇ ਇਹੀ ਹੈ, ਜਿਹੜਾ ਮਨ 'ਚ ਆਉਂਦਾ, ਤੁਹਾਡਾ ਦਿਲ ਕਰਦਾ, ਉਹ ਕਰੋ ਬਸ। ਕਿਉਂਕਿ ਕਹਿੰਦੇ ਆ ਨਾ ਵੀ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ, ਜੇ ਖਰੀਦੀਆਂ ਨਹੀਂ ਜਾ ਸਕਦੀਆਂ ਤਾਂ ਪੈਸੇ ਨਾਲ ਇਹਨਾਂ ਖੁਸ਼ੀਆਂ ਨੂੰ ਮਾਣਿਆ ਜ਼ਰੂਰ ਜਾ ਸਕਦਾ। ਸੋ ਜਿਹਦੇ ਕੋਲ ਹੈ ਮਾਣ ਲਓ।